ਵੀਰਪਾਲ ਕੌਰ ਹੈ ਪਿੰਡ ਸ਼ਕੂਰ ਜ਼ਿਲ੍ਹਾ ਫਿਰੋਜ਼ਪੁਰ। ਅੱਜ ਮੈਂ ਪੜ੍ਹਾਈ ਬਾਰੇ ਗੱਲ ਕਰ ਰਹੀ ਹਾਂ ਕਿ ਪੜ੍ਹ ਲਿਖ ਕੇ ਵੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ, ਪੜ੍ਹ ਲਿਖ ਕੇ ਵੀ ਅਸੀਂ ਬੇਰੁਜ਼ਗਾਰ ਫਿਰਦੇ ਹਾਂ। ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਸ ਧਰਨੇ 'ਤੇ ਆਉਣ ਲਈ ਮਜਬੂਰ ਕੀਤਾ ਹੋਇਆ ਸਰਕਾਰ ਨੇ। ਪੜ੍ਹ ਲਿਖ ਕੇ ਵੀ ਜਦੋਂ ਅਸੀਂ ਇੱਦਾਂ ਹੀ ਧੱਕੇ ਖਾਣੇ ਸੀਗੇ ਅਤੇ ਬੇਰੁਜ਼ਗਾਰ ਫਿਰਦੇ ਹਾਂ ਪੜ੍ਹ ਲਿਖ ਕੇ ਵੀ। ਹਾਂਜੀ, ਸਰਕਾਰ ਕਹਿੰਦੇ ਨੇ ਘਰ ਘਰ ਨੌਕਰੀ ਦੇਵਾਂਗੇ, ਵਾਅਦੇ ਕਰਦੇ ਨੇ, ਫਿਰ ਕੁਛ ਨਹੀਂ ਕਰਦੇ ਸਾਡੇ ਲਈ। ਕਹਿ ਦਿੰਦੇ ਆ ਕਿ ਦੇਵਾਂਗੇ, ਬਸ ਵਾਅਦੇ ਕਰ ਛੱਡਦੇ ਨੇ, ਕੋਈ ਅਚਕਰ ਵਾਅਦਾ ਪੂਰਾ ਨਹੀਂ। ਇਸੇ ਕਾਰਨ ਸਾਨੂੰ ਮਜਬੂਰ ਹੋ ਕੇ ਧਰਨੇ 'ਤੇ ਆਉਣਾ ਪੈ ਰਿਹਾ। ਹਾਂਜੀ ਸਰ, ਮੈਨੂੰ ਵੀ ਇੱਦਾਂ ਹੀ ਲੱਗਦਾ ਕਿ ਅਨੁਸੂਚਿਤ ਜਾਤੀਆਂ ਕਰਕੇ ਪਿੱਛੇ ਰੱਖਿਆ ਗਿਆ। ਵਿੱਚ ਕਿਸੇ ਵੀ ਨਿਊਜ਼ ਦੇ ਵਿੱਚ ਲਿਖਿਆ ਗਿਆ ਕਿ ਐਸ ਸੀ ਕੈਟਾਗਰੀ ਨੂੰ ਫਸਟ ਹੈ, ਅਨੁਸੂਚਿਤ ਜਾਤੀਆਂ ਨੂੰ ਫਸਟ ਹੈ ਪਹਿਲ ਹੈ ਉਹਨਾਂ ਲਈ। ਫਿਰ ਕਿਉਂ ਸਰਕਾਰ ਇੱਦਾਂ ਕਰ ਰਹੀ ਹੈ? ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇੰਨੇ ਪੜ੍ਹਾ ਲਿਖਾ ਕੇ ਜਦੋਂ ਪੜ੍ਹ ਲਿਖ ਜਾਂਦੇ ਇੰਨੇ ਬੱਚੇ, ਕਿ ਉਹਨਾਂ ਨੂੰ ਉਹਨਾਂ ਬਾਰੇ ਕੁਛ ਤਾਂ ਸੋਚਣਾ ਚਾਹੀਦਾ ਹੈ ਕਿ ਕਹਿ ਦਿੰਦੇ ਆਹ ਕਰਾਂਗੇ ਉਹ ਕਰਾਂਗੇ, ਕੁਛ ਨਹੀਂ ਕਰ ਰਹੇ। ਕਿ ਉਹਨਾਂ ਨੂੰ ਚਾਹੀਦਾ ਕਿ ਸਾਨੂੰ ਵੀ ਨੌਕਰੀਆਂ ਦਿੱਤੇ ਹਨ, ਸਾਨੂੰ ਵੀ ਸਾਡੇ ਹੱਕ ਦਿੱਤੇ ਹਨ। ਅੱਜ ਜੋ ਫਿਰੋਜ਼ਪੁਰ ਦੇ ਵਿੱਚ ਸਮੂਹ ਜਿਹੜੇ ਮਜ਼ਦੂਰ ਵੈਲਫੇਅਰ ਸਭਾ ਹੈ ਔਰ ਦਲਿਤ ਮਜ਼ਦੂਰ ਸਭਾ ਹੈ, ਉਹਨਾਂ ਵੱਲੋਂ ਇੱਕ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਜਿਸ ਦੇ ਵਿੱਚ ਵਿਸ਼ੇਸ਼ ਤੌਰ 'ਤੇ ਨੈਸ਼ਨਲ ਸ਼ੈਡਿਊਲ ਕਾਸਟ ਅਲਾਇੰਸ ਹੈ ਜਿਹੜਾ ਉਹ ਸ਼ਾਮਿਲ ਹੋਇਆ। ਇਸ ਦੇ ਵਿੱਚ ਜੋ ਪਿਛਲੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੇ ਦੌਰਾਨ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ, ਉਹਨਾਂ ਵਾਅਦਿਆਂ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ। ਉਸ ਚੋਣ ਮਨੋਰਥ ਅਤੇ ਵਾਅਦਿਆਂ ਨੂੰ ਪੂਰਾ ਕਰਾਉਣ ਦੇ ਲਈ ਸਮੂਹ ਜਿਹੜੇ ਜਥੇਬੰਦੀਆਂ ਨੇ ਉਹ ਸੰਘਰਸ਼ ਦਾ ਰਾਹ ਵਿੱਢਿਆ, ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਅਨੁਸੂਚਿਤ ਜਾਤੀ ਵਰਗ ਦੇ ਲੋਕ ਨੇ ਉਹਨਾਂ ਦੇ ਲਈ ਜਿਹੜੀ ਮਿਆਰੀ ਸਿੱਖਿਆ ਦੇਵਾਂਗੇ, ਉਹਨਾਂ ਨੂੰ 1/3 ਜਿਹੜਾ ਤੀਜਾ ਹਿੱਸਾ ਆਸਾਮ ਨਾਲ ਜ਼ਮੀਨ ਦਾ ਉਹ ਉਹਨਾਂ ਨੂੰ ਯਕੀਨੀ ਬਣਾਇਆ ਜਾਏਗਾ। ਉਹਨਾਂ ਦੇ ਬੱਚਿਆਂ ਦੇ ਲਈ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਉਸ ਨੂੰ ਜਿਹੜਾ ਉਹ ਲਾਗੂ ਕੀਤਾ ਜਾਏਗਾ, ਔਰ ਇਹਦੇ ਨਾਲ ਜਿਹੜੇ ਕੱਚੇ ਮਕਾਨ ਨੇ ਉਹਨਾਂ ਨੂੰ ਪੱਕੇ ਮਕਾਨ ਲਈ ਜਿਹੜਾ ਉਹਨਾਂ ਨੂੰ ਲੋਨ ਦਿੱਤਾ ਜਾਏਗਾ, ਔਰ ਉਹਦੇ ਨਾਲ ਹੀ ਜਿਹੜੇ 5 ਮਰਲੇ ਦੇ ਪਲਾਟ ਨੇ ਉਹਨਾਂ ਗਰੀਬ ਵਰਗ ਦੇ ਪਰਿਵਾਰਾਂ ਨੂੰ ਦਿੱਤੇ ਜਾਣਗੇ। ਲੇਕਿਨ ਇਹਨਾਂ 4 ਸਾਲ ਹੋ ਚੱਲੇ ਨੇ ਸਰਕਾਰ ਬਣੀ ਨੂੰ,
चार सालों के जोड़े चोन मनोरथ पत्र अनुसूचित जातियां दे नाल जो वादे किए सी वो वादे पूरे नहीं किए और मनरेगा दे विच भी जोड़े वर्कर काम करते हैं उन्होंने 150 दिन का जोड़ा रुजगार है वो नहीं दिता जा रहा जदों के मनरेगा दे विच पॉलिसी है कि हर एक जोड़ा मजदूर है काम करने वाला उन्होंने 150 दिन का रुजगार मिलना चाहिए। इस मनरेगा दे विच औरतां दे नाल भी जोड़ा आ उन्होंने नाल जी है वो डिस्क्रिमीनेशन किया जाता वितकरा किया जाता उन्होंने शोषण किया जाता जिदे कारण जोड़े उन्होंने जोड़िया लोड़ीदियाँ सुविधावान ने मनरेगा वर्कर वो भी नहीं दिखाई जाए। इन सारे मुद्दों लैके अज जो डिप्टी कमिश्नर जो फिरोजपुर ने उन्होंने मैमोरेंडम सबमिट किया जाएगा समुची जथेबंदियों वालों असी सारे रल के इस उत्ते यकीनी बनाना चाहते हैं कि जिहड़े चोणां दौरान कांग्रेस पार्टी ने सत्ता विच आउण तो पहलां वादे किए सी उन्हां वादियां नूं पूरा किया जाए इसीलिए अज असी संघर्ष के राह ते चले हुए हाँ।